जान ये निक्कियां निक्कियां अखियां दे पैर जवानी दी सब खैर करेंदी आवे तेरी तोर नू लग जे धूड़ उच्चे महलां दी राजे बाप दी राणी राजकुमार वे आवे मैका गुंगण तेरियां तलियां चुक चुक मैकण चिट्टियां कलियां तेरे बाबल वेड़े पौन सुनहरी आवे सुखी सांदी लावे सुरखी बिंदी सजना दी तेरे खाबा नू खंभ लावण वाला शोर पवे जग सारा तैनू लगन ना नजरां ठंडिया ने जो जहर दिया तेरा अमृत बन के भखदा रहे अग द्वारा सदरा सब दरवाजे खोलन तेरे साकत ना डोलन तैनू सरगी वेले छो कुदरत दी पा सजना दी तेरे खाबा नू खंभ लावण वाला आवे तेरे सुखी सांदी लावे सुरखी बिंदी सजना दी तेरे खाबा नू खंभ लावण वाला आवे
ਪਾਚਲ ਇੱਕੋ ਵਾਰ ਕਰਕੇ ਪਾਰ ਕੇ ਦੋ ਵਾਰ ਕਰਕੇ ਧਰਤੀ ਉੱਤੇ ਸੁੱਟ ਦਿੱਤਾ। ਜਦੋਂ ਮੁਖਲਸ ਕਾਮ ਟੋਲਮਾ ਜਰਨੈਲ ਮਾਰਿਆ ਗਿਆ ਤੇ ਬਾਕੀ ਦੇ ਚੌਣ ਦੇ ਜਰਨੈਲ ਵੀ ਮਾਰੇ ਗਏ ਤੇ ਪਿਆਰੇ ਉਸ ਵੇਲੇ ਕਸਮੀ ਫਾਇਰ ਦਾੜਨ ਲੱਗੀ ਸਿੱਖਾਂ ਨੇ ਇੱਕ ਇੱਕ ਨੂੰ ਫੜ ਕੇ ਮਾਰ ਦੇ ਦੇ ਸਲਾਹ ਦਿੱਤੀ। ਅਰੇ ਤੇ ਗੁਰਦੇਵ ਪਾਤਸ਼ਾਹ ਦੀ ਸ਼ਾਨ ਪਰ ਫਤਿਹ ਹੋਈ। ਗੁਰਦੇਵ ਪਾਤਸ਼ਾਹ ਸ਼ਹੀਦ ਹੋਏ ਸਿੱਖਾਂ ਦੇ ਅੰਤ ਸੰਸਕਾਰ ਕਰਨ ਤੋਂ ਬਾਅਦ ਗੁਰਦੇਵ ਪਾਤਸ਼ਾਹ ਸਮਰਸਰ ਦੀ ਧਰਤੀ ਤੋਂ ਸਵਾਲ ਵਾਂਗੂ ਰਵਾਨਾ ਹੋਏ ਨੇ। ਪਰ ਇੱਧਰ ਗੁਰਦੇਵ ਪਾਤਸ਼ਾਹ ਨੇ ਇੱਕ ਸਿੱਖ ਨੂੰ ਅਗਲ ਮਾਂਡੀ ਭੇਜਿਆ ਕਿ ਮਾਰੋ ਦੀ ਧਰਤੀ ਤੋਂ ਗੰਦ ਆ ਰਹੀ ਹੈ ਔਰ ਉਸ ਗੰਦ ਨੂੰ ਲੈ ਕੇ ਚਬਾਲ ਨੂੰ ਖਿੱਚ ਜਾਣਾ। ਇੱਧਰ ਗੁਰਦੇਵ ਪਾਤਸ਼ਾਹ ਜੰਗ ਜਿੱਤ ਕੇ ਸੁਭਾਲ ਵਿੱਚ ਪਹੁੰਚੇ ਨੇ। ਉੱਧਰ ਜੰਗ ਵੀ ਸੁਭਾਲ ਚ ਆਣ ਪਹੁੰਚੀ ਹੈ ਪਰ ਮਿਲਣੀ ਦੀ ਰਸਮ ਅਦਾ ਹੋਈ ਹੈ ਤੇ ਗੁਰਦੇਵ ਪਾਤਸ਼ਾਹ ਨੇ ਜੰਗ ਦਾ ਉਤਾਰਾ ਕਰਵਾਇਆ ਹੈ ਕਿਉਂਕਿ ਆਪ ਬਜ਼ੁਰਗ ਸਦਨ ਬੈਠੇ ਹੋ। ਆਮ ਕਰਕੇ ਪ੍ਰਾਤਮ ਸਮਿਆਂ ਦੇ ਅੰਦਰ ਜੰਗ ਇੱਕ ਇੱਕ ਦੋ ਦੋ ਰਾਤਾਂ ਦੂਸਰੇ ਖੇੜੇ ਦੇ ਅੰਦਰ ਰਿਹਾ ਕਰਦੀ ਸੀ ਤੇ ਹੁਣ ਗੁਰਦੇਵ ਪਾਤਸ਼ਾਹ ਨੇ ਜੰਗ ਦਾ ਉਤਾਰਾ ਕਰਾਇਆ। ਸ਼ਾਮ ਦਾ ਵੇਲਾ ਹੋ ਗਿਆ ਔਰ ਉਸ ਵਕਤ ਜਲ ਪਾਣੀ ਚੁਕਾਉਣ ਤੋਂ ਪ੍ਰਸ਼ਾਦਾ ਪਾਣੀ ਚੁਕਾਉਣ ਤੋਂ ਬਾਅਦ ਇੱਕ ਖੁੱਲੇ ਪੰਡਾਲ ਦੀ ਰਚਨਾ ਕੀਤੀ ਗਈ। ਜਦੋਂ ਮੈਂ ਕੀਰਤਨ ਪ੍ਰਧਾਨਾਂ ਦੇ ਮਹਾਰਾਜਾ ਸਰ ਰੱਬੀ ਬਾਣੀ ਦਾ ਕੀਰਤਨ ਹੋਇਆ ਫਿਰ ਇਤਿਹਾਸ ਚੌਧਿਆਂ ਦੀਆਂ ਵਾਰਾਂ ਪੇਸ਼ ਕੀਤੀਆਂ ਗਈਆਂ ਔਰ ਇਸ ਤੋਂ ਬਾਅਦ ਅੰਮ੍ਰਿਤ ਵੇਲਾ ਹੋਇਆ ਹੈ। ਅੰਮ੍ਰਿਤ ਵੇਲੇ ਕੋਠੀ ਪਰਮੇਸ਼ਰ ਦਾ ਥਾਨ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੇ ਮੁਖਾਰ ਵਿੱਚ ਜੋ ਉਚਾਰਨ ਕੀਤਾ ਹੈ ਚਾਰ ਪ੍ਰਕਰਮਾਂ ਸੁਭਾਗ ਜੋੜੀ ਨੇ ਕੀਤੀਆਂ ਨੇ। ਵਿਆਹ ਹੋਇਆ ਮੇਰੇ ਬਾਬਲਾ ਦਾ ਸ਼ਬਦ ਗਹਿਣ ਹੋਇਆ ਹੈ ਔਰ ਇਸ ਤੋਂ ਬਾਅਦ ਭਾਈ ਗੁਰਦਾਸ ਜੀ ਦੀ ਵਾਰ ਪਿਆਰੇ ਗ੍ਰਸਤ ਨੂੰ ਪ੍ਰਧਾਨਗੀ ਦੱਸਦੇ ਹੋਇਆ ਗੁਰਦੇਵ ਪਾਤਸ਼ਾਹ ਨੇ ਸਿੱਖ ਸੰਗਤਾਂ ਨੂੰ ਸਿੱਖਿਆ ਉਪਦੇਸ਼ ਦਿੱਤੇ ਨੇ ਔਰ ਪੂਰੀ ਰਸਮ ਹੋਣ ਤੋਂ ਬਾਅਦ ਗੁਰਦੇਵ ਪਾਤਸ਼ਾਹ ਦੇ ਘਰ ਵੀ ਉਹ ਸਮਾਂ ਆ ਗਿਆ ਜੋ ਹਰ ਮਾਂ ਬਾਪ ਦੇ ਵਿਹੜੇ ਵਿੱਚ ਆਉਂਦਾ ਹੈ। ਪਿਆਰੇ ਅੱਜ ਦੇ ਸਮੇਂ ਬਦਲ ਗਏ, ਸਾਡੇ ਬੱਚੇ ਵਿਦੇਸ਼ਾਂ ਵਿੱਚ ਚਲੇ ਗਏ ਜਾਂ ਅਸੀਂ ਪੈਰ ਵਿੱਚੋਂ ਡੋਲੀ ਤੋੜ ਦਿੰਦੇ ਹਾਂ। ਪਰ ਪ੍ਰਾਤਮ ਸਮੇਂ ਦੀ ਗੱਲ ਕਰਾਂ ਜਦੋਂ ਮੀਰੀ ਪੀਰੀ ਦੇ ਮਾਲਕ ਨੇ ਆਪਣੀ ਧੀ ਦੇ ਆਨੰਦ ਕਾਰਜ ਕੀਤੇ ਉਹਨਾਂ ਸਮਿਆਂ ਦੇ ਅੰਦਰੋਂ ਘਰਾਂ ਦੇ ਅੰਦਰੋਂ ਡੋਲੀਆਂ ਤੋਲੀਆਂ ਜਾਂਦੀਆਂ ਸਨ। ਧੀ ਦੀ ਡੋਲੀ ਤੋੜਨਾ ਹਰ ਇੱਕ ਮਾਂ ਬਾਪ ਦਾ ਸੁਭਾਗ ਹੋਇਆ ਕਰਦਾ ਹੈ, ਹਰ ਇੱਕ ਮਾਂ ਬਾਪ ਦੇ ਮਨ ਦੇ ਅੰਦਰ ਰੀਤ ਹੋਇਆ ਕਰਦੀ ਹੈ। ਗੁਰੂ ਕੇ ਪਿਆਰ ਵਾਲਿਓ, ਇਸ ਪਰਿਵਾਰ ਵਿੱਚੋਂ ਜਿਸ ਦਿਨ ਅਗਲੈਂਡ ਨੂੰ ਧੀ ਨੂੰ ਤੋੜਿਆ ਹੈ ਉਹ ਮਾਂ ਤੇ ਪਿਤਾ ਦਾ ਦਿਲ ਦੱਸ ਸਕਦਾ ਹੈ, ਦੁਨੀਆਂ ਦਾ ਹੋਰ ਕੋਈ ਵਿਅਕਤੀ ਨਹੀਂ। ਮੇਰੇ ਵਰਗੇ ਸ਼ਰੀਕੇ ਭਾਈਚਾਰੇ ਵਾਲੇ ਰਿਸ਼ਤੇਦਾਰ ਵਧਾਈਆਂ ਦੇਣ ਵਾਸਤੇ ਜ਼ਰੂਰ ਆਉਣਗੇ ਪਰ ਜਦੋਂ ਘਰ ਦੇ ਵਿੱਚੋਂ ਧੀ ਜਾਂ ਪੁੱਤਰ ਨੂੰ ਆਪਾਂ ਵਿਦੇਸ਼ ਨੂੰ ਤੋੜਦੇ ਹਾਂ ਜਾਂ ਪਿਆਰੇ ਉਹਦੀ ਡੋਲੀ ਤੋੜਨੀ ਹੋਵੇ ਯਾਦ ਰੱਖਿਓ ਇੱਕ ਮਾਂ ਤੇ ਇੱਕ ਬਾਪ ਦਾ ਦਿਲ ਜਾਣਦਾ ਹੈ। ਇੱਕ ਵਿਦਵਾਨ ਲਿਖਦਾ ਹੈ ਚੜ੍ਹਦੇ ਸੂਰਜ ਦੀ ਲਾਲੀ ਨੂੰ ਤੱਕਿਆ ਤਾਂ ਚੜ੍ਹਨਾ ਕਿਸੇ ਪਾਸੇ ਕਿਰਨਾ ਕਿਸੇ ਪਾਸੇ ਇਸੇ ਤਰ੍ਹਾਂ ਧੀਆਂ ਦਾ ਧਨ ਹੁੰਦਾ ਜੰਮਣਾ ਕਿਸੇ ਪਾਸੇ ਤੇ ਰਹਿਣਾ ਕਿਸੇ ਪਾਸੇ। ਅੱਜ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਦੇ ਘਰ ਵਿੱਚ ਉਹ ਸੁਭਾਗ ਸਮਾਂ ਆਇਆ ਕਿਉਂਕਿ ਇਹ ਭਾਗਾਂ ਤੋਂ ਬਿਨਾਂ ਪਿਆਰੇ ਸਮਾਂ ਮਿਲਦਾ ਨਹੀਂ ਕਿਉਂਕਿ ਹਰ ਇੱਕ ਦੇ ਘਰ ਹਰ ਇੱਕ ਦੇ ਕਰਮਾਂ ਵਿੱਚ ਸਤਿਗੁਰੂ ਧੀ ਨਹੀਂ ਲਿਖਦੇ ਕਿਉਂਕਿ ਧੀ ਹੋਵੇ ਤਾਂ ਹੀ ਇਸ ਭਾਗ ਸਮਾਂ ਮਿਲਦਾ ਧੀ ਦਾ ਕੰਨਿਆਂ ਦਾ ਦਾਨ ਕਰਨ ਵਾਸਤੇ। ਬਹੁਤੇ ਪਿਆਰੇ ਪੁੱਤਰਾਂ ਨੂੰ ਲੋਚਦੇ ਨੇ ਪਰ ਅਖੀਰਲੀ ਉਮਰ ਵਿੱਚ ਆਣ ਕੇ ਕਈ ਵਾਰ ਉਹ ਪੁੱਤਰ ਪਿਆਰੇ ਜ਼ਮੀਨਾਂ ਵਟਾਉਣ ਵਾਸਤੇ ਤਿਆਰ ਹੋ ਜਾਂਦੇ ਨੇ, ਮਾਪਿਆਂ ਨੂੰ ਠੋਕਰਾਂ ਮਾਰ ਕੇ ਘਰਾਂ ਵਿੱਚੋਂ ਵੀ ਕੱਢ ਦਿੰਦੇ ਨੇ। ਪਰ ਪਿਆਰੇ ਇੱਕ ਧੀ ਹੈ ਜਿਹੜੀ ਬਾਬਲ ਦੇ ਘਰ ਵਿੱਚ ਆਣ ਕੇ ਆਪਣੀ ਅਮੜੀ ਦੇ ਗਲ ਵਿੱਚ ਬਾਹ ਪਾ ਕੇ ਆਪਣੀ ਮਾਂ ਨੂੰ ਪੁੱਛਦੀ ਹੈ ਅੰਮੀ ਸੁਣਾ ਕੀ ਹਾਲ ਹੈ, ਬਾਪੂ ਸੁਣਾ ਸਰੀਰ ਦਾ ਕੀ ਹਾਲ ਹੈ, ਸਿਹਤ ਠੀਕ ਨੇ। ਤੇ ਪਿਆਰੇ ਅੱਧੀ ਰਾਤ ਧੀ ਦਾ ਬਾਪ ਧੀ ਨੂੰ ਆਵਾਜ਼ ਦੇਵੇ ਉੱਠ ਕੇ ਦੌੜਦੀਆਂ ਪਾਣੀ ਫੜਾਉਣ ਵਾਸਤੇ ਕਿਤੇ ਪੁੱਤਰ ਨੂੰ ਕਹਿ ਕੇ ਵੇਖ ਲਿਓ ਕਿ ਪੁੱਤਰਾ ਪਿਆਸ ਲੱਗੀ ਹੈ ਪਾਣੀ ਦਾ ਗਿਲਾਸ ਲਿਆ ਦੇ ਉੱਠ ਕੇ ਲਿਜਾ ਦੇਵੇ। ਪਰ ਪਿਆਰੇ ਸਤਿਗੁਰੂ ਹਰ ਇੱਕ ਨੂੰ ਨੇਕ ਔਲਾਦ ਬਖਸ਼ੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਹੈ ਤੇ ਪਿਆਰੇ ਅੱਜ ਮਾਣ ਦਾ ਸਮਾਂ ਮਿਲਿਆ ਮੇਰੀ ਧੀ ਦੇ ਮਾਲਕ ਨੂੰ ਅੱਜ ਆਪਣੇ ਧੀ ਨੂੰ ਵਿਦਾ ਕਰਨ ਲੱਗੇ ਨੇ ਗੁਰਦੇਵ ਪਾਤਸ਼ਾਹ ਤੇ ਗੁਰਦੇਵ ਪਾਤਸ਼ਾਹ ਆਪਣੀ ਧੀ ਨੂੰ ਗਲਵੱਕੜੀ ਵਿੱਚ ਲਿਆ। ਦੇਖੋ ਪੁੱਤਰਾਂ ਨਾਲ ਵੀ ਪਿਆਰ ਕੀਤਾ ਹੈ, ਪੁੱਤਰ ਵੀ ਸਤਿਗੁਰ ਨੇ ਜੋਗ ਬਣਾਏ ਨੇ ਪਰ ਪਿਆਰਿਓ ਅੱਜ ਗੁਰਦੇਵ ਪਾਤਸ਼ਾਹ ਦੇ ਘਰ ਵਿੱਚ ਧੀ ਦਾ ਕੰਨਿਆ ਦਾਨ ਹੋ ਰਿਹਾ ਹੈ, ਆਪਣੀ ਕੰਨਿਆ ਨੂੰ ਡੋਲੀ ਵਿੱਚ ਬਿਠਾਉਣ ਲੱਗੇ ਨੇ। ਕੋਲ ਨਹੀਂ ਆਉਂਦਾ ਆਪਣੀ ਧੀ ਰਾਣੀ ਨੂੰ ਸਿਰ ਤੇ ਹੱਥ ਰੱਖ ਕੇ ਹਰ ਇੱਕ ਬਾਪ ਆਪਣੀ ਧੀ ਨੂੰ ਇਹ ਗੱਲ ਕਹਿ ਦੇਵੇ ਤੇ ਪਿਆਰੇ ਪਰਿਵਾਰਾਂ ਵਿੱਚ ਕਦੇ ਕਲੇਸ਼ ਨਹੀਂ ਹੋਵੇਗਾ, ਮੰਡੀਆਂ ਨਹੀਂ ਪੈਣਗੀਆਂ, ਪਰਿਵਾਰਾਂ ਵਿੱਚ ਕਦੇ ਦੁੱਖ ਨਹੀਂ ਆਵੇਗਾ। ਜਿਹੜੇ ਅਸੀਂ ਅੱਜ ਸੰਤਾਪ ਭੋਗਦੇ ਹਾਂ ਹਰ ਇੱਕ ਬਾਬਲ
जे अपनी धी नूं सुलझा के तोरे ते किसे परिवार विच कोई दुख नहीं आ सकदा। मेरे पीर दा मालक छेवें पातशाह ने आखिया, कह लगे धीए गुरु दरबार वालों चली है, याद रखी इस घर विच बीबी भानी वर्गियां धीआं भी पैदा होईआं, याद रखी धीए इस घर विच माता खीवी वर्गियां इस्त्रियां पैदा होईआं ने, इस घर विच बेबे नानकी वर्गियां भैणां पैदा होईआं ने, इस घर विच माता गंगा तेरी दादी वर्गियां इस्त्रियां पैदा होईआं ने। ते धीए जिस तरह अमृत वेले उठ के गुरु घर दे अंदर गुरबाणी पढ़दी सी, कीर्तन सुनदी सी, गुरु चरणां नाल जुड़दी सी, इसे तरह सौरे परिवार विच वी इह परिवार चलना चाहीदा। जसवीर कौर जी और बेटी अमनप्रीत कौर जी ने विवाह कार्य की खुशी के अंदर आप हजूरी जुड़ बैठे हैं, और सरदार गुरजिंदर सिंह जी जिदे नाल बेटी अमनप्रीत कौर जी परनाए गए ने, और सतगुरां दी कृपा हुई है इस पाक जोड़ी दे ब्याह दी खुशी दे अंदर आपां सतगुरां दी हजूरी दे अंदर जुड़ बैठे हां। बेटा हरमन सिंह जी समूह परिवार सतगुरां दा शुकराना कर रहा है, ते सारे रिश्तेदार भैण भरा उन्हां नूं इस सुपाकी कड़ी दी वधाई देण वास्ते पहुंचे ने, सारिआं नूं जिओ आया जिन्हां ने अपने कीमती धंदे तजारां दा त्याग करदे हां गुरु महाराज दी हजूरी च बैठ के चरण परसन दा सुपाक सलाम प्राप्त है। सारी संगत दा तदरू धन्नवाद। सतगुरु गुरु ग्रंथ साहिब महाराज जी दा और अमृत वेले तो सुखमनी साहिब जी दे जाप करांदे हुए सन, तो आप सुभाषी संगतां ने उस गुरबाणी नूं सरवण कीता है। ग्रंथी वीरां दा तहे दिलों धन्नवाद। और मेरे बहुत ही सत्कार जो सिंह स्टूडियो लोहिया खास वाले मूवी वाले वीर का भी धन्यवाद है जिन्होंने सारे प्रोग्राम की रिकॉर्डिंग की है, तो फिर आप जी ने प्रोग्राम दर्शाना है। साउंड वाले वीर का भी धन्यवाद है, ज्ञानी अमरीक सिंह गट्टी रायपुर वाले उन्होंने भी धन्यवाद है जिन्होंने बहुत सोहना साउंड ला के सतगुरु के इतिहास का उपराला वर्णन किया। आप जी के गुरु इतिहास की संघ पारा सिंह ढाडी जत्था भाई करनैल सिंह तोमर और सरंगी वादक भाई सज्जन सिंह जी सोटी इसे नगर के ने, और इधर ਸਰਵਣ ਕਰਾਂਗੇ। ਆਓ ਪ੍ਰੇਮ ਸਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਪਿਆ ਮੈਂ ਮਾਏ ਸਤਿਗੁਰੂ ਨੇ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਥਿਤੀ, ਦੀਆਂ ਵਧਾਈਆਂ ਬਾਬਾ ਜੀ ਫੜਿਓ ਉਧਰੋਂ ਰਾਗ ਮੰਦਰ ਵਾਰ ਕਰੀਆਂ, ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵਾ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ,
दुख सब विसारना अंगीकारो करे तेरा कार्य सब सवारना सबना गल्ला समर्थ स्वामी सो क्या मन विसारे कह नानक मन मेरे सदा रहो हर नाले साचे साहिबा क्या नाही कर तेरा कर तां तेरा सब किछ है जिस देहि सो पावे सदा सित सलाह तेरी नाम मन वसावे नाम जिनकै मन वसिया बाजी शब्द कनेरे कह नानक सच्चे साहिब क्या नाही कर तेरा आनंद सुना वड पाकी हो सकल मनोरथ पूरे पार ब्रह्म प्रभ पाया तै सकल विसूरे दुख रोग संताप उतरे सुनी सची बाणी संत साजन भय ससे पूरे गुरते जानी सुनते पुनीत कहते पवित्र सत गुर रहिया पर पूरे बिनवंत नानक गुर चरण लागे वाचे अनहद दूरे सुनते पुनीत कहते सतगुर रहया पर पूरे बिनवंत नानक गुर चरण लागे वाचे अनहद तूरे वाहिगुरु जी का खालसा वाहिगुरु जी की फतेह सतनाम वाहिगुरु 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 कीने ताप निवार नहारा दुख हंता सुख रास तांको बिगन न को लागे जान की प्रभ आगे अरदास एक ओंकार वाहिगुरु जी की फतह श्री भगवती जी सहाय वार श्री भगवती जी की पातशाही दसवीं प्रथम भगवती सिमर कै गुरु नानक लई ध्याए फिर अंगद गुरते अमरदास रामदास हुई सहाय अर्जन हर गोबिंद नू सिमरो श्री हर राय श्री हर कृष्ण ते आई है जे डिठे सब दुख जाए तेग बहादुर सिमरिया घर नौ निध्यालय धाए सब थाई हुए सहाय दसवें पातशाह साहेब श्री गुरु गोबिंद सिंह जी महाराज सब थाई होना जी सहाय दसा पातशाहियां दी जोत साहेब श्री गुरु ग्रंथ साहिब जी दे पाठ दर्शन दीदार का ध्यान करके खालसा जी बोलो जी ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਾਓ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਇਹਨਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਾਓ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਬੋਲਾਓ ਜੀ ਝੰਡੇ ਬੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲਾਓ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਰਤਬ ਦੇ ਰੱਖਾ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਜੀ ਮਾਣਿਆਂ ਦੇ ਮਹਾਨ ਸਤਿਗੁਰੂ ਜੀ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸ ਵੇਲੇ ਆਪ ਦੇ ਚਰਨ ਕਮਲਾਂ ਵਿਖੇ ਅਰਦਾਸ ਹੋਈਆਂ ਜੇ ਸਤਿਗੁਰ ਨਦਰ ਕਰੇ ਦੇ ਮਹਾਂਵਾਕ ਅਨੁਸਾਰ ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਸਾਹਿਬ ਸਰਦਾਰ ਨਰਿੰਦਰ ਸਿੰਘ ਜੀ
अपनी सपुत्री अमनप्रीत कौर जी जो विदेश में सतगुरु जी आनंद कारजा की रस्म हुई विवाह सच्चे पिता वाहिगुरु साहब जी उन्हों ही खुशियां मुख रखदिया हो सेवक परिवार कारजा तो बाद सतगुरु जी आप जी का कोटान कोट धन्यवाद करद्या हो सतगुरु जी आप जी की धुरकी बाणी आई तीन सगली चिंत मिटाई के श्री सुखमणी साहब जी के पाठ आरंभ करवाए गए सन ऐस वेले आप जी महान अपार कृपा हुई है निर्विघनता सहित भोग पए हैं उपरंत ढाडी वारा गुरबाणी विचार होए ढाडी वारा सत्या सच्चे पिता वाहिगुरु साहब जी गुरबाणी विचार करद्या आप जी के बच्चे तो अनेक प्रकार दियां गलतियां भुलां हो गईयां अजाण बच्चे समझ के बख्श लैनिया अगे तो समर्थ बख्शिश करनी सतगुरु जी चढ़दियां कला रखनिया सेवक परिवार से मेहरा भरिया हथ रखना दोहां ही परिवारां ते मेहरा भरिया हथ रखना चढ़दियां कला आपस में प्यार इतपाक बख्शिश करना सुभाग जोड़ी ते मेहरा भरिया हथ रखना चढ़दियां कला हर मदाने फतेह गुरसिखी जीवन बख्शिश करना सतगुरु जी आप जी के सेवक परिवार ने जिहड़ियां सो मनोकाम वास्ते आप जी की बाणी की आराधना करवाई सो सेवक परिवार सो मनोकामना पूरियां करनिया चढ़दियां कला हर मताने फतेह बख्शिश करनी सतगुरु जी आप जी के सेवक परिवार वालों आप जी को सोहने जय रुमाले साहब भेट किए गए बेअंत माया अरदास कराई जेड़े खजाने चो माया आई सो खजाने भरपूर करने सेवक परिवार के हाथों पटने कजने इज्जत पात रखनी चढ़दियां कला हर मदाने फतेह बख्शिश करनी सतगुरु जी आप जी के हजूर सेवक परिवार वालों कड़ा प्रसाद देव सज के हाजिर है गुरु का लंगर तैयार है आप जी के दाते परवान होवे परवान होया प्रसाद लंगर साह संगत विच वरते सतगुरु जी जो भी सके सो आप दा नाम मखों वाहेगुरु 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 जपे सुभाग जोड़ी ते मेहरा भरिया हथ रखना देसियां कदम कदम दा फल लेखे लाउणा आया तिल फुल भेटावां परवान करनियां जिहड़े खजानियां चो तिल फुल भेट होए खजाने भरपूर करने आईयां सरबत संगतां दे कारज रास करने चढ़दियां कला रखणियां हुण इस वेले सतगुरु जी आप अपने पवित्र हुक्मनामे सुना के संगतां नूं निहाल करो हुक्मनामे ते चलण दा बल बख्शो सही प्यारे मेल ना जिहदे मिलिआ आप जी दा पवित्र नाम चेते आवे नानक नाम चढ़दी कला तेरे भाणी सरबत दा भला वाहेगुरु जी का खालसा वाहेगुरु जी की दोहेरा बोले सुपाई दर्शन परसे गुरु कै जन्म मरण दुख जाए जवान कर दूजा मात गर्भ में आपन सिमरण दे राखण हरे पावक सागर अथाह लहर मह तारह तारण हरे तह तुम राखण हरे तू दा
माता मांगन कौ सगली दान देह प्रभ भन खिन मह अवर खिन मह अवरा अचरज चलत तुम्हारे रूड़ो कूड़ो गहर गंभीरो पूजो अगम अपारे साध संग जो तुम्हें मिलायो तो सुनी तुम्हारी बाणी आनंद पया पेखत ही नानक प्रताप पुरख निर्वाणी बाणी पेखत ही नानक प्रताप पुरख निर्वाणी वाहिगुरु जी का खालसा वाहिगुरु जी की फतेह। आप संतां सेवक परिवार दे सदे ते गुरु चरणा दियां हाजरियां भरदे पए हो। सवेर तो परमात्मा अकाल पुरख सेवक परिवार दे सिर ते मेहरा भरिया हथ रखे। दोनों गुरु साहब के सवारे अपने निजी स्थानों वल रवाना हो गए। समूह संगतां ने बड़े प्यार सत्कार नाल देख लए। लख खुशियां पातशाहियां पातशाहियां जे सतगुर नजर करे। लख खुशियां पातशाहियां पातशाहियां जे सतगुर नजर करे। निमत एक हर नाम दे तन शीतल होए। निमक एक हर नाम दे मेरा मन तन शीतल होए। लख खुशियां पातशाहियां पातशाहियां जे सतगुर नजर करे। लख खुशियां करे। नजर करे।
जित लाए एक बिन सब तंद है।